ਹੈਲੋ ਡੀਅਰ ਸਟੂਡੈਂਟਸ ਲਰਨਿੰਗ ਇਜ਼ ਫਨ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਸੋ ਅੱਜ ਅਸੀਂ 7ਵੀਂ ਜਮਾਤ ਦੇ ਸਮਾਜਿਕ ਸਿੱਖਿਆ ਦੇ ਨਾਗਰਿਕ ਸ਼ਾਸਤਰ ਦੇ ਪਾਠ 18 ਲੋਕਤੰਤਰ ਅਤੇ ਸਮਾਨਤਾ ਦੇ ਐਮਸੀਕਿਊਜ਼ ਕਰਾਂਗੇ ਸੋ ਸਟਾਰਟ ਕਰਦੇ ਹਾਂ ਵੀਡੀਓ ਜਿਸ ਲੋਕਤੰਤਰੀ ਸਰਕਾਰ ਵਾਲੇ ਰਾਜਦਮਖੀ ਚੁਣਿਆ ਹੋਇਆ ਹੋਵੇ ਤਾਂ ਉਸ ਨੂੰ ਖਾਲੀ ਥਾਂ ਰਾਜ ਕਿਹਾ ਜਾਂਦਾ ਹੈ ਉਸ ਨੂੰ ਗਣਤੰਤਰ ਰਾਜ ਕਿਹਾ ਜਾਂਦਾ ਹੈ ਸਾਡੇ ਦੇਸ਼ ਦਾ ਨਾ ਮਾਤਰ ਮੁਖੀ ਕੌਣ ਹੁੰਦਾ ਹੈ? ਰਾਸ਼ਟਰਪਤੀ। ਰਾਸ਼ਟਰਮੰਡਿਆ ਦੇ ਦੇਸ਼ ਦਾ ਜਿਹੜਾ ਵਾ ਨਾ ਮਾਤਰ ਦਾ ਮੁਖੀ ਹੈ ਉਹਦੇ ਨਾਮ ਦੇ ਉੱਤੇ ਸਾਰਾ ਰਾਜ ਜਿਹੜਾ ਕੰਮ ਜਿਹੜੀ ਸਰਕਾਰ ਸਾਰੀ ਕੰਮ ਕਰਦੀ ਹੈ। ਲੋਕਤੰਤਰ ਸਰਕਾਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਇਹ ਕਥਨ ਕਿਸ ਦੇ ਹਨ? ਇਹ ਕਥਨ ਇਬਰਾਹਿਮ ਲਿੰਕਨ ਜੀ ਦੇ ਹਨ। ਸਾਡੇ ਦੇਸ਼ ਦਾ ਅਸਲੀ ਮੁਖੀ ਕੌਣ ਹੁੰਦਾ ਹੈ? ਸਾਡੇ ਦੇਸ਼ ਦਾ ਅਸਲੀ ਮੁਖੀ ਪ੍ਰਧਾਨ ਮੰਤਰੀ ਕਹਿੰਦਾ ਹੈ ਇਸ ਨੂੰ ਵਾਸਤਵਿਕ ਮੁਖੀ ਵੀ ਕਹਿੰਦੇ ਹਨ ਕਿਉਂਕਿ ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਜਿਹੜੀ ਆ ਪ੍ਰਧਾਨ ਮੰਤਰੀ ਦੁਆਰਾ ਹੀ ਕੀਤੀ ਜਾਂਦੀ ਹੈ ਲੋਕਤੰਤਰ ਅੰਬ ਜੁਨਾਣ ਦੇ ਸਹਿਰ ਇਥੋਂ ਇਸ ਤੋਂ ਹੋਇਆ ਇਹ ਕਥਨ ਪੂਰੀ ਤਰ੍ਹਾਂ ਸਹੀ ਹੈ ਲੋਕਤੰਤਰ ਜਿਹੜਾ ਹੀ ਜੁਨਾਣ ਦੇ ਸਹਿਰ ਇਥਨ ਚ ਆਰੰਭ ਹੋਇਆ ਹੈ ਸਭ ਤੋਂ ਪਹਿਲਾਂ ਇਹ ਲਿਖਿਆਂ ਵਿੱਚੋਂ ਕਿਹੜਾ ਤੱਤ ਲੋਕਤੰਤਰ ਸਿਧਾਂਤ ਨਹੀਂ ਹੈ ਕਾਨੂੰਨ ਦਾ ਰਾਜ ਇਹ ਵੀ ਲੋਕਤੰਤਰੀ ਸਿਧਾਂਤ ਹੈ ਪ੍ਰਤਨਿਧ ਲੋਕਾਂ ਦੀ ਪ੍ਰਤੀ ਜ਼ਿੰਮੇਵਾਰੀ ਇਹ ਵੀ ਲੋਕਤੰਤਰੀ ਸਿਧਾਂਤ ਹੈ ਵਿਆਪਕ ਮਾਲਮਤ ਅਧਿਕਾਰ ਇਹ ਵੀ ਲੋਕਤੰਤਰੀ ਸਿਧਾਂਤ ਹੈ ਰਾਜਨੀਤਿਕ ਆਰਥਿਕ ਸਮਾਨਤਾ ਵੀ ਲੋਕਤੰਤਰੀ ਸਿਧਾਂਤ ਹੈ ਇਹਦੇ ਵਿੱਚ ਜਿਹੜਾ ਵਾ સામਰਾਜਵਾਦੀ ਸੋਚ ਇਹ ਲੋਕਤੰਤਰੀ ਸਿਧਾਂਤ ਨਹੀਂ ਹੈ ਸੋ ਇਹਦਾ ਆਨਸਰ ਆਏਗਾ સામਰਾਜਵਾਦੀ ਸੋਚ ਕਿਹੜੇ ਦੇਸ਼ ਵਿੱਚ ਅਜੇ ਵੀ ਸਿੱਧਾ ਲੋਕਤੰਤਰ ਹੈ ਸਵਿਟਜ਼ਰਲੈਂਡ ਦੁਨੀਆ ਦੇ ਸਵਿਟਜ਼ਰਲੈਂਡ ਦੇਸ਼ ਜਿਹੜਾ ਹੈ ਇਹਦੇ ਵਿੱਚ ਅਜੇ ਵੀ ਸਿੱਧਾ ਹੀ ਲੋਕਤੰਤਰ ਹੈ ਲੋਕ ਆਪਣੇ ਸਾਰੇ ਕਾਨੂੰਨ ਜਿਹੜੇ ਆ ਆਪਣੇ ਲਈ ਉਹ ਇੱਕ ਥਾਂ ਇਕੱਠੇ ਹੋ ਜਾਂਦੇ ਆ ਆਪ ਬਣਾਉਂਦੇ ਆ ਔਰ ਪ੍ਰਤੱਖ ਰੂਪ ਦੇ ਵਿੱਚ ਉੱਥੇ ਲੋਕਤੰਤਰ ਚੱਲਦਾ ਹੈ ਲੋਕਤੰਤਰ ਦੀ ਕਿਹੜੀ ਸਰਕਾਰ ਵਿੱਚ ਦੇਸ਼ ਦੀ ਕਾਰਜਪਾਲਿਕਾ ਦਾ ਮੁਖੀ ਰਾਸ਼ਟਰਪਤੀ ਲੋਕਾਂ ਦੁਆਰਾ ਸਿੱਧਾ ਚੁਣਿਆ ਜਾਂਦਾ ਹੈ ਤੇ ਉਹ ਦੇਸ਼ ਦਾ ਸ੍ਰੀ ਸ਼ਾਸਕ ਹੁੰਦਾ ਹੈ ਪ੍ਰਧਾਨਾਤਮਕ ਸਰਕਾਰ ਦੇ ਵਿੱਚ ਜਿਹੜਾ ਵਾ ਰਾਸ਼ਟਰਪਤੀ ਜਿਹੜਾ ਵਾ ਉਹ ਲੋਕਾਂ ਦੁਆਰਾ ਸਿੱਧੇ ਰੂਪ ਦੇ ਵਿੱਚ ਚੁਣਿਆ ਜਾਂਦਾ ਹੈ ਜਿਦਾ ਅਮਰੀਕਾ ਵਾ ਅਮਰੀਕਾ ਦੇ ਵਿੱਚ ਜਿਹੜਾ ਰਾਸ਼ਟਰਪਤੀ ਆ ਉਹ ਲੋਕਾਂ ਦੁਆਰਾ ਸਿੱਧਾ ਹੀ ਸਿੱਧੇ ਰੂਪ ਚ ਚੁਣਿਆ ਜਾਂਦਾ ਹੈ ਤੇ ਉਹੀ ਜਿਹੜਾ ਵਾ ਦੇਸ਼ ਦਾ ਅਸਲੀ ਮੁਖੀ ਹੁੰਦਾ ਹੈ ਆਧੁਨਿਕ ਯੁੱਗ ਵਿੱਚ ਕਿਹ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਖਾਲੀਥਾਂ ਕਿਸਮ ਦੀ ਲੋਕਤੰਤਰੀ ਸਰਕਾਰ ਵਿੱਚ ਸੰਵਿਧਾਨ ਲਿਖਤੀ ਅਤੇ ਕਠੋਰ ਹੁੰਦਾ ਹੈ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ ਸੰਘਾਤਮਕ ਸਰਕਾਰ ਦੇ ਵਿੱਚ ਸੰਘਾਤਮਕ ਕਿਸਮ ਦੀ ਲੋਕਤੰਤਰੀ ਸਰਕਾਰ ਦੇ ਵਿੱਚ ਸੰਵਿਧਾਨ ਲਿਖਤੀ ਤੇ ਕਠੋਰ ਹੁੰਦਾ ਹੈ ਕੇਂਦਰ ਤੇ ਰਾਜਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ਤੇ ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ ਭਾਰਤ ਇੱਕ ਖਾਲੀਥਾਂ ਗਣਰਾਜ ਹੈ ਭਾਰਤ ਇੱਕ ਲੋਕਤੰਤਰੀ ਗਣਰਾਜ ਹੈ ਲੋਕਤੰਤਰ ਨੂੰ ਸਫਲ ਬਣਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸਰਤ ਜ਼ਰੂਰੀ ਨਹੀਂ ਹੈ ਲੋਕਤੰਤਰ ਨੂੰ ਸਫਲ ਬਣਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸਰਤ ਜ਼ਰੂਰੀ ਨਹੀਂ ਹੈ ਸੂਝਵਾਨ ਨਾਗਰਿਕ ਚਾਹੀਦੇ ਆ ਲੋਕਤੰਤਰ ਲਈ ਸਮੇਂਦਾਰਤ ਸੂਝਵਾਨ ਨੇਤਾਗਣ ਵੀ ਚਾਹੀਦੇ ਆ ਸਮਾਜਿਕ ਤੇ ਆਰਥਿਕ ਸਮਾਨਤਾ ਵੀ ਚਾਹੀਦੀ ਹੈ ਸਹਿਨਸੀਲਤਾ ਵੀ ਚਾਹੀਦੀ ਹੈ ਇਹਦਾ ਜਿਹੜਾ ਆਨਸਰ ਹੈਗਾ ਵਾ ਇਹਦੇ ਵਿੱਚ ਸੱਤਾਧਾਰੀ ਦਲ ਦਾ ਖੁੱਲ ਦਿਲ ਜਿਹਦਾ ਨਾ ਹੋਣਾ ਇਹ ਕੋਈ ਜ਼ਰੂਰੀ ਸਰਤ ਨਹੀਂ ਹੈਗੀ ਇਹ ਅੰਗਰੇਜ਼ ਕਿਹੜੇ ਦੇਸ਼ ਦਾ ਅਜ ਰਾਜਤੰਤਰੀ ਲੋਕਰਾਜ ਹੈ ਇੰਗਲੈਂਡ ਦੇ ਵਿੱਚ ਅਜੇ ਵੀ ਰਾਜਤੰਤਰੀ ਲੋਕਰਾਜ ਹੈ ਕਿਉਂਕਿ ਉੱਥੇ ਜਿਹੜਾ ਵਾ ਰਾਜਾ ਉਹ ਜਿਹੜਾ ਵਾ ਸੰਵਿਧਾਨਿਕ ਉਥੇ ਮੁਖੀ ਹੈਗਾ ਵਾ ਜਦਾਂ ਸਾਡੇ ਦੇਸ਼ ਭਾਰਤ ਦੇ ਵਿੱਚ ਨਾ ਮਾਤਰ ਦਾ ਮੁਖੀ ਰਾਸ਼ਟਰਪਤੀ ਹੁੰਦਾ ਹੈ ਉੱਥੇ ਜਿਹੜਾ ਰਾਜਾ ਜਾਂ ਰਾਣੀ ਹੈ ਇੰਗਲੈਂਡ ਦੇ ਵਿੱਚ ਉਹ ਨਾ ਮਾਤਰ ਦਾ ਮੁਖੀ ਹੁੰਦਾ ਹੈ ਕਿ ਉੱਥੇ ਅਜੇ ਵੀ ਜਿਹੜਾ ਵਾ ਰਾਜਤੰਤਰੀ ਲੋਕਰਾਜ ਹੈ ਇਹ ਇਤਿਹਾਸਿਕ ਵਿੱਚੋਂ ਕਿਹੜਾ ਤੱਤ ਲੋਕਤੰਤਰੀ ਸਰਕਾਰ ਨੂੰ ਹਰਮਨ ਪਿਆਰਾ ਨਹੀਂ ਬਣਾਉਂਦਾ ਲੋਕਾਂ ਦੀ ਇੱਛਾ ਅਨੁਸਾਰ ਦੇਸ਼ ਦਾ ਸ਼ਾਸਨ ਚਲਾਉਣਾ ਇਹ ਵੀ ਹਰਮਨ ਪਿਆਰਾ ਬਣਾਉਂਦਾ ਹੈ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਇਹ ਵੀ ਹਰਮਨ ਪਿਆਰਾ ਬਣਾਉਂਦਾ ਹੈ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਇਹ ਵੀ ਹਰਮਨ ਪਿਆਰਾ ਬਣਾਉਂਦਾ ਹੈ ਸੋ ਇਹਦਾ ਆਨਸਰ ਹੈਗਾ ਹੈ ਆਪਣੀ ਸੋਚ ਜਾਂ ਵਿਚਾਰ ਨੂੰ ਲੋਕਾਂ ਤੇ ਠੋਸਣਾ ਅਗਰ ਮੰਨ ਲਓ ਜਿਹੜੇ ਸਾਡੇ ਤੇ ਰਾਜ ਕਰਨ ਵਾਲੇ ਆ ਜਿਹੜੇ ਚੁਣੇ ਹੋਏ ਲੋਕਾਂ ਦੇ ਪ੍ਰਤੀਨਿਧੀ ਆ ਉਹ ਆਪਣੀ ਸੋਚ ਜਾਂ ਵਿਚਾਰਾਂ ਨੂੰ ਲੋਕਾਂ ਤੇ ਠੋਸਣਗੇ ਤੇ ਫਿਰ ਉਹਦੇ ਨਾਲ ਜਿਹੜੀ ਆ ਲੋਕਤੰਤਰੀ ਸਰਕਾਰ ਹਰਮਨ ਪ ਕਿਉਂਕਿ ਲੋਕਤੰਤਰੀ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਦੀ ਇੱਛਾ ਅਨੁਸਾਰ ਕੰਮ ਕਰਦੀ ਹੈ ਜਿਹੜੀ ਸਰਕਾਰ ਲੋਕਾਂ ਦੇ ਅਗੇਂਸਟ ਕੰਮ ਕਰਦੀ ਹੈ ਅਗਲੀ ਵਾਰ ਲੋਕ ਉਹਨੂੰ ਵੋਟਾਂ ਦੇ ਵਿੱਚ ਵੋਟਾਂ ਨਾ ਪਾ ਕੇ ਬਦਲੀ ਕਰ ਦਿੰਦੇ ਹਨ ਤੇ ਦੂਜੀ ਪਾਰਟੀ ਨੂੰ ਕਿਹਨੂੰ ਸੱਤਾ ਸੌਂਪ ਦਿੰਦੇ ਹਨ ਲੋਕਤੰਤ ਦੇ ਮੁੱਖ ਬੁਨਿਆਦੀ ਸਿਧਾਂਤ ਸੁਤੰਤਰਤਾ ਸਮਾਨਤਾ ਅਤੇ ਭਾਈਚਾਰਾ ਹੈ ਬਿਲਕੁਲ ਸਹੀ ਹੈ ਕਥਨ ਸਾਡੇ ਦੇਸ਼ ਵਿੱਚ ਵੋਟ ਪਾਉਣ ਦਾ ਅਧਿਕਾਰ ਕੁਝ ਬਾਲਗਾਂ ਨੂੰ ਹੀ ਪ੍ਰਾਪਤ ਹੈ ਇਹ ਕਥਨ ਗਲਤ ਵਾ ਕਿਉਂਕਿ ਸਾਡੇ ਦੇਸ਼ ਵਿੱਚ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਸਾਰੇ ਬਾਲਗ ਉਹਨਾਂ ਨੂੰ bina ਕਿਸੇ ਜਾਤੀ ਭੇਦ ਭਾਵ ਦੇ ਧਰਮ ਭੇਦ ਭਾਵ ਦੇ ਲਿੰਗ ਭੇਦ ਭਾਵ ਦੇ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ ਆਧੁਨਿਕ ਲੋਕਤੰਤਰੀ ਸਥਾਪਨਾ ਪਹਿਲਾਂ ਫਰਾਂਸ ਦੇਸ਼ ਵਿੱਚ ਹੋਈ ਸੀ ਪੂਰੀ ਤਰ੍ਹਾਂ ਸਹੀ ਹੈ ਸਭ ਤੋਂ ਪਹਿਲਾਂ ਲੋਕਤੰਤਰੀ ਸਥਾਪਨਾ ਜਿਹੜੀ ਆ ਫਰਾਂਸ ਦੇਸ਼ ਦੇ ਵਿੱਚ ਹੋਈ ਸੀ ਸਾਡੇ ਦੇਸ਼ ਵਿੱਚ ਰਾਜ ਸਰਕਾਰਾਂ ਦੇ ਨਾਮ ਅਤਮੁਖੀ ਡੈਸ ਹੁੰਦੇ ਹਨ ਰਾਜਪਾਲ ਰਾਜਪਾਲ ਜਿਹੜੇ ਆ ਸਾਡੇ ਦੇਸ਼ ਦੀਆਂ ਦੇਸ਼ ਦੀਆਂ ਰਾਜ ਸਰਕਾਰਾਂ ਦੇ ਵਿੱਚ ਨਾ માત્ર ਮੁਖੀ ਹੁੰਦੇ ਹਨ ਸੋ ਇਹਦੇ ਨਾਲ ਹੀ ਤੁਹਾਡਾ ਜਿਹੜਾ ਵਾ ਇਹ ਪਾਠ ਕੰਪਲੀਟ ਹੁੰਦਾ ਹੈ ਸੋ ਅਗਰ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਨੈਕਸਟ ਵੀਡੀਓ ਤੁਹਾਨੂੰ ਸਮੇਂ-ਸਮੇਂ ਤੇ ਮਿਲਦੀਆਂ ਰਹਿਣ ਸੋ ਫਿਰ ਦੁਬਾਰਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਪਾਰਟ ਦੇ ਨਾਲ ਸੋ ਤਦ ਤੱਕ ਦੇ ਲਈ ਧੰਨਵਾਦ